ਚਾਹੇ ਲੀਡਰ ਆ ਚਾਹੇ ਵਰਕਰ ਆ ਜੀ, ਉਹ ਗੱਡੀ ਦੇ ਮੂਹਰੇ ਝੰਡਾ ਲੱਗਾ ਹੋਵੇ ਅਤੇ ਉਹ ਜਿਹੜੀ ਵੀ ਜਥੇਬੰਦੀ ਦਾ ਉਹਦਾ ਬੈਚ ਹੋਵੇ ਲੱਗਾ। ਅੱਛਾ, 18 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਸੀ ਕਿ ਵੀ ਇੱਥੇ ਧਰਨਾ ਲਾਵਾਂਗੇ, ਦੁਬਾਰਾ ਟੋਲ ਫਰੀ ਕਰਾਂਗੇ, ਉਸ ਦੇ ਵਿੱਚ ਕੀ? ਜਿਹੜੀ ਉਹ ਕਾਲ ਆ ਉਹ ਹੋਰ ਜਥੇਬੰਦੀ ਵੱਲੋਂ ਸੀ, ਉਹ ਮੇਰੇ ਹਿਸਾਬ ਨਾਲ ਉਹਨਾਂ ਨੇ ਵਾਪਸ ਲੈ ਲਈ ਆ ਜੀ, ਉਹਨਾਂ ਦੀ ਸਹਿਮਤੀ ਹੋ ਗਈ ਆ ਜੀ। ਜਿੰਨੀਆਂ ਜਥੇਬੰਦੀਆਂ ਵਾ, 32 ਜਥੇਬੰਦੀਆਂ, ਸਾਰਿਆਂ ਦੇ ਝੰਡਿਆਂ ਦਾ ਜਿਹੜਾ ਵਾ ਉਹਨਾਂ ਨੂੰ ਦੱਸ ਦਿੱਤਾ ਗਿਆ ਟੂਲ ਵਾਲਿਆਂ ਨੂੰ। ਆ ਜ਼ਿਆਦਾਤਰ ਤਾਂ ਝੰਡਿਆਂ ਦੀ, ਜਿਹੜੇ ਮੇਨ ਜਥੇਬੰਦੀਆਂ ਉਹਨਾਂ ਦੇ ਝੰਡਿਆਂ ਦੀ ਪਛਾਣ ਹੀ ਆ ਜੀ। ਗੱਡੀ ਦੇ ਉੱਪਰ ਕਿਸਾਨ ਯੂਨੀਅਨ ਦਾ ਝੰਡਾ ਲੱਗਾ ਹੋਵੇ ਤਾਂ ਕਿ ਟੂਲ ਵਾਲਿਆਂ ਨੂੰ ਪਤਾ ਲੱਗੇ ਵੀ ਹਾਂ ਬਈ ਜਿਹੜੀ ਇਹ ਕਿਸਾਨ ਲੀਡਰ ਆ, ਜਾਂ ਜਿਹੜੇ ਇੱਥੇ ਇਹਦੇ ਵਰਕਰ ਆ ਜੀ, ਜਿਹੜੇ ਟੂਲ 'ਤੇ ਕੰਮ ਕਰਨ ਵਾਲੇ ਆ, ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਨਹੀਂ ਕੋਈ ਪਰੇਸ਼ਾਨੀ ਹੋਊਗੀ, ਬਸ ਝੰਡਾ ਲੱਗਾ ਹੋਵੇ, ਅਸਲੀ ਕਿਸਾਨ ਹੋਣ, ਬੈਚ ਉਹਨਾਂ ਕੋਲ। ਇਸ ਵਕਤ ਮੇਰੀ ਮੌਜੂਦਗੀ ਲਾਡੋਵਾਲ ਟੋਲ ਪਲਾਜ਼ਾ 'ਤੇ ਹੈ, ਜਿੱਥੇ 18 ਤਰੀਕ ਨੂੰ ਇੱਕ ਵੱਡੀ ਕਾਲ ਦਿੱਤੀ ਗਈ ਸੀ ਕਿਸਾਨਾਂ ਵੱਲੋਂ, ਜਿੱਥੇ ਕਿ ਕਿਸਾਨਾਂ ਦੇ ਜਿਹੜੇ ਕਾਰਡ ਨੇ ਉਹ ਨਹੀਂ ਮਨਜ਼ੂਰ ਕੀਤੇ ਜਾ ਰਹੇ ਸੀ, ਉਹਨਾਂ ਨੂੰ ਰੋਕਿਆ ਜਾ ਰਿਹਾ ਸੀ, ਉਹਨਾਂ ਤੋਂ ਟੋਲ ਜਿਹੜੇ ਨੇ ਉਹ ਵਸੂਲੇ ਜਾ ਰਹੇ ਸੀ, ਪਰ ਉਸ ਤੋਂ ਬਾਅਦ 18 ਤਰੀਕ ਦੀ ਜਿਹੜੀ ਕਾਲ ਹੈ ਉਹ ਕੈਂਸਲ ਕੀਤੀ ਗਈ ਹੈ। ਤਾਂ ਮੇਰੇ ਨਾਲ ਕਿਸਾਨ ਯੂਨੀਅਨ ਦੁਆਬਾ ਦੇ ਕ੍ਰਾਂਤੀਕਾਰੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਸਰ, ਕੀ ਸਹਿਮਤੀ ਬਣੀ ਹੈ ਹੁਣ ਕਿਸਾਨਾਂ ਦੇ ਕਾਰਡ ਜਿਵੇਂ ਪਹਿਲਾਂ ਨਹੀਂ ਅਸੈਪਟ ਕਰ ਰਹੇ ਸੀ ਇੱਥੇ? ਨਹੀਂ ਨਹੀਂ, ਕਿਸਾਨਾਂ ਦੇ ਕਾਰਡ ਚੱਲਦੇ ਆ ਜੀ, ਜਿਹੜਾ ਕਿਸਾਨ ਯੂਨੀਅਨ ਦਾ ਕੋਈ ਵੀ ਚਾਹੇ ਲੀਡਰ ਆ ਚਾਹੇ ਵਰਕਰ ਆ ਜੀ, ਉਹ ਗੱਡੀ ਦੇ ਮੂਹਰੇ ਝੰਡਾ ਲੱਗਾ ਹੋਵੇ ਅਤੇ ਉਹ ਜਿਹੜੀ ਵੀ ਜਥੇਬੰਦੀ ਦਾ ਉਹਦਾ ਬੈਚ ਹੋਵੇ ਲੱਗਾ ਅਤੇ ਕੋਈ ਵੀ ਟੂਲ 'ਤੇ ਨਹੀਂ ਰੋਕ ਰਿਹਾ ਜੀ, ਸਾਡੀ ਇਹ ਜਿਹੜੇ ਟੂਲ ਹੈ ਚਾਹੇ ਢਲਵਾਂ ਟੂਲ ਹੈ ਚਾਹੇ ਜੰਡਿਆਲੇ, ਕੋਈ ਟੂਲ 'ਤੇ ਨਹੀਂ ਰੋਕ ਰਹੇ। ਅਤੇ ਸਿਰਫ ਇਹ ਆ ਵੀ ਚਲੋ ਕਈ ਵਾਰੀ ਕੋਈ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਇਹ ਕਿਸਾਨ ਯੂਨੀਅਨ ਦੇ ਜਾਂ ਕੌਣ, ਆਮ ਨੋਰਮਲ ਪ੍ਰਾਈਵੇਟ ਗੱਡੀ ਹੁੰਦੀ ਆ ਜਿਹਦੇ ਮੂਹਰੇ ਝੰਡਾ ਲੱਗਾ, ਉਹ ਮੈਨੇਜਰ ਸਾਹਿਬ ਨੇ ਕਿਹਾ ਵੀ ਬਿਲਕੁਲ ਨਹੀਂ ਰੋਕਿਆ ਜਾਊਗਾ ਚਾਹੇ ਕਿਸੇ ਵੀ ਜਥੇਬੰਦੀ ਦਾ ਹੋਵੇ ਜੀ। ਪਰ ਸਰ, ਕਿਵੇਂ ਪਤਾ ਲੱਗੂਗਾ ਵੀ ਇਹ ਇੱਧਰੋਂ ਲੰਘ ਰਹੇ ਨੇ ਵੀ ਜਿਹੜਾ ਝੰਡਾ ਲੱਗਾ ਹੈਗਾ ਉਹ ਕਿਸਾਨਾਂ ਦਾ ਹੀ ਹੈਗਾ, ਕਿਉਂਕਿ ਇਸ ਦੇ ਸ਼ਹਿਰ ਦੇ ਵਿੱਚ ਕਈ ਲੋਕ ਹੋਰ ਵੀ ਲੰਘਣ ਦੀ ਜਿਹੜੀ ਕੋਸ਼ਿਸ਼ ਕਰਦੇ ਨੇ? ਨਹੀਂ, ਜਿੰਨੀਆਂ ਜਥੇਬੰਦੀਆਂ ਜੀ, ਜਿੰਨੀਆਂ ਜਥੇਬੰਦੀਆਂ ਵਾ, 32 ਜਥੇਬੰਦੀਆਂ, ਸਾਰਿਆਂ ਦੇ ਝੰਡਿਆਂ ਦਾ ਜਿਹੜਾ ਵਾ ਉਹਨਾਂ ਨੂੰ ਦੱਸ ਦਿੱਤਾ ਗਿਆ ਟੂਲ ਵਾਲਿਆਂ ਨੂੰ। ਆ ਜ਼ਿਆਦਾਤਰ ਤਾਂ ਝੰਡਿਆਂ ਦੀ, ਜਿਹੜੇ ਮੇਨ ਜਥੇਬੰਦੀਆਂ ਉਹਨਾਂ ਦੇ ਝੰਡਿਆਂ ਦੀ ਪਛਾਣ ਹੀ ਆ ਜੀ, ਅਤੇ ਉਹ ਸਾਰਿਆਂ ਨੂੰ ਪਤਾ ਹੀ ਆ ਜੀ ਵੀ ਆਹ ਜਥੇਬੰਦੀ ਆ ਜਥੇਬੰਦੀ ਆ। ਹਰੇਕ ਜਥੇਬੰਦੀ ਦਾ ਝੰਡਾ ਜਿਹੜਾ ਆਮ ਲੋਕਾਂ ਨੂੰ, ਟੂਲ ਵਾਲਿਆਂ ਨੂੰ, ਸਾਰਿਆਂ ਨੂੰ ਦੱਸ ਦਿੱਤਾ ਗਿਆ ਵੀ ਆਹ ਜਥੇਬੰਦੀਆਂ ਦੇ ਝੰਡੇ ਆ, ਜਿਹੜਾ ਵੀ ਗੱਡੀ ਦੇ ਮੂਹਰੇ ਲੱਗਾ ਹੋਊਗਾ ਉਹਨੂੰ ਕਿਸੇ ਵੀ ਟੂਲ 'ਤੇ, ਖਾਸ ਕਰਕੇ ਇਸ ਟੂਲ 'ਤੇ ਜਾਂ ਕਿਸੇ ਟੂਲ 'ਤੇ ਨਹੀਂ ਰੋਕਿਆ ਜਾਊਗਾ, ਉਹਦੀ ਪਰਚੀ ਨਹੀਂ ਲੱਗੂਗੀ। ਅੱਛਾ, 18 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਸੀ ਕਿ ਵੀ ਇੱਥੇ ਧਰਨਾ ਲਾਵਾਂਗੇ, ਦੁਬਾਰਾ ਟੋਲ ਫਰੀ ਕਰਾਂਗੇ, ਉਸ ਦੇ ਵਿੱਚ ਕੀ? ਉਹ ਜਿਹੜੀ ਉਹ ਕਾਲ ਆ ਉਹ ਹੋਰ ਜਥੇਬੰਦੀ ਵੱਲੋਂ ਸੀ, ਉਹ ਮੇਰੇ ਹਿਸਾਬ ਨਾਲ ਉਹਨਾਂ ਨੇ ਵਾਪਸ ਲੈ ਲਈ ਆ ਜੀ, ਉਹਨਾਂ ਦੀ ਸਹਿਮਤੀ ਹੋ ਗਈ ਆ ਜੀ ਵੀ ਉਹ ਸ਼ਾਇਦ ਕਾਲ ਉਹਨਾਂ ਨੇ ਜਿਹੜੀ ਆ ਉਹ ਵਾਪਸ ਲੈ ਲਈ, ਉਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਮੇਰੇ ਹਿਸਾਬ ਨਾਲ ਕਾਲ ਵਾਪਸ ਲੈ ਲਈ ਆ ਜੀ। ਅੱਛਾ, ਲੰਬਾ ਸਮਾਂ ਇੱਥੇ ਕਿਸਾਨਾਂ ਨੇ ਸੰਘਰਸ਼ ਕੀਤਾ ਵੀ ਟੋਲ ਘੱਟ ਰੇਟ ਹੋਣਾ ਚਾਹੀਦਾ, ਰੇਟ ਵਾਜਬ ਹੋਣਾ ਚਾਹੀਦਾ, ਅਤੇ ਮਤਲਬ ਰੇਟ ਤਾਂ ਉਹੀ ਚੱਲ ਰਹੇ ਨੇ, ਵੀ ਕਿਸਾਨਾਂ ਵੱਲੋਂ ਹੁਣ ਅੱਗੇ ਦੀ ਕੀ ਰਣਨੀਤੀ ਹੋ ਸਕਦੀ ਹੈ ਵੀ ਕੋਰਟ ਦਾ ਰਸਤਾ ਅਪਣਾਉਣਗੇ ਜਾਂ ਜਥੇਬੰਦੀਆਂ ਅਲੱਗ ਹੋ ਜਾਣਗੀਆਂ, ਕਿਸ ਤਰ੍ਹਾਂ ਹੋਏਗਾ? ਨਹੀਂ, ਇਹਦੇ 'ਤੇ ਗੱਲ ਇਹ ਆ ਜੀ ਵੀ ਕੋਈ ਵੀ ਜਿਹੜਾ ਪੰਜਾਬੀ ਆ ਜਾਂ ਉਹ ਨਹੀਂ ਇਹ ਚਾਹੁੰਦਾ ਵੀ ਜਿੰਨਾ ਟੂਲ ਆ ਬਹੁਤ ਜ਼ਿਆਦਾ, ਕਹਿ ਦਿੰਦੇ ਵੀ ਟੂਲ ਪਰਚੀ ਜ਼ਿਆਦਾ ਵਾ, ਉਹਦਾ ਜਿਹੜਾ NHI ਦਾ ਜੋ ਵੀ ਉਹ ਕੋਰਟ ਦੇ ਵਿੱਚ ਚੱਲ ਰਿਹਾ ਜੀ, ਜੋ ਲਾਇਆ ਕੇਸ ਉਹ ਕੋਰਟ ਦੇ ਵਿੱਚ ਚੱਲ ਰਿਹਾ ਵਾ, ਇਹ ਹੁਣ ਸੈਂਟਰ ਗੌਰਮੈਂਟ ਦਾ ਮਤਲਬ ਹੈਗਾ ਜੀ ਟੂਲ, ਅਤੇ ਜੇ ਸੈਂਟਰ ਗੌਰਮੈਂਟ ਘੱਟ ਕਰੀ ਕੋਈ ਕਾਨੂੰਨ ਦੇ ਹਿਸਾਬ ਨਾਲ ਘੱਟ ਹੁੰਦਾ ਹੋਊਗਾ ਤਾਂ ਉਹ ਕੋਰਟ ਦੇ ਜੋ ਪਰਮਿਸ਼ਨ ਆ ਹਾਈ ਕੋਰਟ ਦੇ ਆਰਡਰ ਆ ਵੀ ਜਿਹੜਾ ਵਾ ਇਹ ਟੂਲ ਹਾਈ ਕੋਰਟ ਦੇ ਆਰਡਰਾਂ ਨਾਲ ਚੱਲਿਆ ਸੀਗਾ, ਅਤੇ ਅੱਗੇ ਵੀ ਜੋ ਕੋਰਟ ਦੇ ਵਿੱਚ ਜਿੱਦਾਂ ਲੱਗੀ ਹੋਈ ਆ ਉਹਦੇ ਹਿਸਾਬ ਨਾਲ ਅਗਲਾ ਜੋ ਕੋਰਟ ਕਰੂਗੀ ਜਾਂ ਜੋ ਜਥੇਬੰਦੀਆਂ ਗਾਂ ਹੁਕਮ ਕਰਨਗੀਆਂ ਉਹਦੇ ਹਿਸਾਬ ਨਾਲ ਚੱਲੂਗਾ ਜੀ। ਅੱਛਾ, ਜਦੋਂ ਟੋਲ 'ਤੇ ਕਿਸਾਨ ਅਤੇ ਆਪਸ ਦੇ ਟੋਲ ਮੁਲਾਜ਼ਮ ਲੜ ਪੈਂਦੇ ਸੀ, ਕਈ ਵਾਰੀ ਕਿਸਾਨਾਂ ਦੇ ਨਾਲ ਆ ਵੀ ਸਮਝ ਨਹੀਂ ਲੱਗਦੀ, ਕਹਿੰਦੇ ਲੈਂਗੁਏਜ ਨਹੀਂ ਸਮਝ ਲੱਗਦੀ, ਉਹਦੇ ਲਈ ਤੁਹਾਡੀ ਕੋਈ ਮੰਗ ਹੈਗੀ ਜਾਂ ਫਿਰ ਟੋਲ ਦੇ ਵਾਸਤੇ ਕੁਝ ਕਹਿਣਾ ਚਾਹੁੰਦੇ ਵੀ ਕੋਈ ਮੰਗ? ਨਹੀਂ, ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਟੂਲ 'ਤੇ ਕੰਮ ਕਰਦੇ ਆ ਵਰਕਰ ਆ, ਉਹ ਵੀ ਆਪਣੇ ਪੰਜਾਬੀ ਭਰਾ, ਉਹ ਵੀ ਜ਼ਿਮੀਂਦਾਰਾਂ ਦੇ ਪੁੱਤ ਆ,
ਉਹ ਕੋਈ ਬਾਹਰੋਂ ਨਹੀਂ ਆਏ ਜਿਹੜੇ ਇੱਥੇ ਸਿਕਿਉਰਿਟੀ ਦੇ ਵਿੱਚ ਆ ਜਾਂ ਦੂਜੇ ਮੁੰਡੇ ਇਸ ਟੂਲ 'ਤੇ ਵੀ ਜਿਹੜੇ ਕੰਮ ਕਰਦੇ ਜਾਂ ਹੋਰਾਂ ਟੂਲਾਂ 'ਤੇ ਉਹ ਆਪਣੇ ਜ਼ਿਮੀਂਦਾਰਾਂ ਦੇ ਪੋਤੀ ਆ। ਜੇ ਕੋਈ ਗੱਲ ਕਰਨੀ ਆ ਜਾਂ ਤੁਸੀਂ ਤੁਹਾਡਾ ਕੋਈ ਹੈਗਾ ਇਸ਼ੂ ਤਾਂ ਜਾ ਕੇ ਮੈਨੇਜਰ ਸਾਹਿਬ ਨਾਲ ਗੱਲ ਕਰੋ। ਇਹ ਜਿਹੜੇ ਮੁੰਡੇ ਆ ਇਹ ਵੀ ਆਪਣੇ ਵਰਗੇ ਗਰੀਬ ਘਰਾਂ ਦੇ ਮੁੰਡੇ ਆ, ਇਹ ਨੋਰਮਲ ਘਰਾਂ ਦੇ ਗਰੀਬ ਘਰਾਂ ਦੇ ਮੁੰਡੇ। ਜੇ ਐਡੇ ਅਮੀਰ ਹੋਣ ਤਾਂ ਇਹਨਾਂ ਨੂੰ ਕੀ ਲੋੜ ਹੈ ਸਾਰਿਆਂ ਦਾ ਧੁੱਪੇ ਖੜ ਕੇ ਸਿਕਿਉਰਿਟੀ ਗਾਰਡ ਦਾ ਕੰਮ ਕਰਨ ਦੀ, ਜਾਂ ਇਹਨਾਂ ਦਾ ਦਿਲ ਥੋੜ੍ਹੀ ਕਰਦਾ ਵੀ ਸਾਰਿਆਂ ਧੁੱਪੇ ਲੋਕਾਂ ਤੋਂ ਗਾਲਾਂ ਲੈਣ। ਸੋ ਮੇਰੀ ਕਿਸਾਨ ਯੂਨੀਅਨ ਦੇ ਜਿੰਨੇ ਵੀ ਲੀਡਰ ਆ, ਜਿੰਨੇ ਵੀ ਪ੍ਰਧਾਨ ਆ, ਆਮ ਕਿਸਾਨ ਜਿਹੜੇ ਵੀਰ ਆ, ਉਹਨਾਂ ਨੂੰ ਬੇਨਤੀ ਆ ਵੀ ਜਦੋਂ ਵੀ ਕੋਈ ਗੱਲ ਹੁੰਦੀ ਆ ਇਹ ਵੀ ਆਪਣੇ ਜ਼ਿਮੀਂਦਾਰਾਂ ਦੇ ਪੋਤੇ, ਇਹਨਾਂ ਨੂੰ ਗਾਲਾਂ ਨਾ ਕੱਢਿਆ ਕਰੋ, ਇਹਨਾਂ ਦੇ ਗਾਲਾਂ ਪਿਆ ਕਰੋ। ਜਿਹੜੀ ਗੱਲ ਕਰਨੀ ਆ ਜਿਹੜੇ ਮੈਨੇਜਰ ਆ ਜਾ ਕੇ ਉਹਨਾਂ ਨਾਲ ਕਰਿਆ ਕਰੋ। ਇਹ ਤਾਂ ਆਪ ਆਪਣੇ ਗਰੀਬ ਜ਼ਿਮੀਂਦਾਰਾਂ ਦੇ ਪੋਤੇ ਆ, ਇਹ ਤਾਂ ਆਮ ਮਜ਼ਦੂਰਾਂ ਦੇ ਪੋਤੇ ਆ, ਇਹਨਾਂ ਨਾਲ ਸਾਡਾ ਰੌਲਾ ਥੋੜ੍ਹੀ ਆ ਕੋਈ। ਤੁਸੀਂ ਇਹਨਾਂ ਦੇ ਗੱਲ ਪੈਣ ਦੀ ਬਜਾਏ ਜਿਹੜੇ ਕੰਪਨੀ ਦੇ ਮੇਨ ਹੈੱਡ ਆ, ਮੇਨ ਓਨਰ, ਉਹਨਾਂ ਨਾਲ ਗੱਲ ਕਰਿਆ ਕਰੋ। ਇਹ ਤਾਂ ਵਿਚਾਰੇ ਹੁਕਮ ਦੇ ਵੱਜੇ ਹੋਏ ਆ, ਇਹਨਾਂ ਦਾ ਜਦੋਂ ਉੱਪਰੋਂ ਮੈਸੇਜ ਆ ਗਿਆ ਵੀ ਰੋਕੋ, ਇਹਨਾਂ ਨੂੰ ਮਜਬੂਰੀ 'ਚ ਰੋਕਣਾ ਪੈਂਦਾ। ਸੋ ਮੇਰੀ ਬੇਨਤੀ ਆ ਵੀ ਜਿਹੜੇ ਇੱਥੇ ਕੰਮ ਕਰਨ ਵਾਲੇ ਪੰਜਾਬੀ ਭਰਾ ਵਾ, ਉਹ ਵੀ ਜ਼ਿਮੀਂਦਾਰਾਂ ਦੇ ਕਿਸਾਨਾਂ ਦੇ ਪੁੱਤ ਆ, ਉਹਨਾਂ ਨਾਲ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਧੱਕਾ ਨਾ ਕੀਤਾ ਜਾਵੇ। ਅੱਛਾ ਸਰ, ਹੁਣ ਇੱਕ ਵਾਰੀ ਦੁਬਾਰਾ ਅਸੀਂ ਵਿਊਅਰਸ ਨੂੰ ਦੱਸ ਦਈਏ ਕਿ ਵੀ ਜਿਹਦੇ ਝੰਡੇ ਲੱਗੇ ਹੋਣਗੇ ਜਾਂ ਯੂਨੀਅਨ ਦਾ ਜਿਹੜਾ ਬਕਾਇਦਾ ਲਿਖਿਆ ਹੋਏਗਾ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ ਬਾਕੀਆਂ ਦਾ? ਹਾਂਜੀ ਹਾਂਜੀ, ਜਿਨ੍ਹਾਂ ਦੇ ਜਿਹੜੀ ਵੀ ਕਾਰ ਦੇ ਉੱਪਰ ਇਹ ਝੰਡਾ ਲੱਗਿਆ ਹੋਊਗਾ ਜੀ, ਕਿਸੇ ਵੀ ਜਥੇਬੰਦੀ ਦਾ, ਉਹਨਾਂ ਦੇ ਬੈਚ ਲੱਗਿਆ ਹੋਊਗਾ, ਉਹਦੀ ਇੱਥੇ ਕੋਈ ਨਹੀਂ ਉਹਨੂੰ ਰੋਕੂਗਾ ਜੀ, ਨਾ ਕੋਈ ਉਹਨੂੰ ਪਰੇਸ਼ਾਨੀ ਆਊਗੀ, ਆਰਾਮ ਨਾਲ ਲੰਘ ਸਕਦਾ। ਇਹਨਾਂ ਜਿੰਨੇ ਵੀ ਮਤਲਬ ਜਿਹੜੀ ਸਹਿਮਤੀ ਹੋਈ ਆ ਉਹ ਇਹੀ ਹੋਈ ਆ ਵੀ ਗੱਡੀ ਦੇ ਉੱਪਰ ਕਿਸਾਨ ਯੂਨੀਅਨ ਦਾ ਝੰਡਾ ਲੱਗਾ ਹੋਵੇ ਤਾਂ ਕਿ ਟੂਲ ਵਾਲਿਆਂ ਨੂੰ ਪਤਾ ਲੱਗੇ ਵੀ ਹਾਂ ਬਈ ਜਿਹੜੀ ਇਹ ਕਿਸਾਨ ਲੀਡਰ ਆ ਜਾਂ ਇਹ ਕਿਸਾਨ ਵਿੱਚ ਬੈਠੇ ਆ, ਇਹ ਜਾ ਰਹੇ ਆ, ਉਹਨਾਂ ਨੂੰ ਨਹੀਂ ਰੋਕਿਆ ਜਾਊਗਾ ਜੀ। ਇੱਧਰੋਂ ਟੂਲ ਵੱਲੋਂ ਜਾਂ ਜਿਹੜੇ ਇੱਥੇ ਦੇ ਵਰਕਰ ਆ ਜੀ ਜਿਹੜੇ ਟੂਲ 'ਤੇ ਕੰਮ ਕਰਨ ਵਾਲੇ ਆ, ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਨਹੀਂ ਕੋਈ ਪਰੇਸ਼ਾਨੀ ਹੋਊਗੀ, ਬਸ ਝੰਡਾ ਲੱਗਾ ਹੋਵੇ, ਅਸਲੀ ਕਿਸਾਨ ਹੋਣ ਬੈਚ ਉਹਨਾਂ ਕੋਲੇ। 18 ਤਰੀਕ ਤੁਹਾਡੀ ਮੀਟਿੰਗ ਜਿਹੜੀ ਹੋਈ ਸੀ ਵੀ 18 ਨੂੰ? ਹਾਂ, ਇਹਨਾਂ ਦਾ ਮਸਲਾ ਬੜਾ ਬਰੀਕੀ ਨਾਲ ਸਮਝਣ ਵਾਲਾ ਜੀ। ਅੱਛਾ, ਇਹ ਆਪਾਂ ਕਹਿੰਦੇ ਨਾ ਕੰਮ ਸੌਖਾ ਜੀ, ਜਿਸ ਲੜਾਈ ਨੂੰ ਲੜਦੇ ਲੜਦੇ ਜਿੱਥੋਂ ਤੱਕ ਪਹੁੰਚੇ ਆ, ਇਹਦਾ ਰੇਟ ਅਸਲੀ ਹੈਗਾ 65 ਪੈਸੇ ਜੀ ਪਰ ਕਿਲੋਮੀਟਰ ਤੇ, 65 ਪੈਸੇ ਜਿਹੜਾ ਇਹਨਾਂ ਦਾ ਗਜਟ ਵਾ ਜੀ, ਗਜਟ ਦੇ ਮੁਤਾਬਕ 65 ਪੈਸੇ ਰੇਟ ਆ। ਹੁਣ ਉਹ 65 ਪੈਸੇ ਨੂੰ 12 ਤਰ੍ਹਾਂ ਦਾ ਟੈਕਸ ਲਾ ਕੇ 220 ਰੁਪਏ ਕਰਤਾ ਜੀ, ਦੱਸੋ ਉਸ 65 ਪੈਸੇ ਤੇ ਵੀ ਟੈਕਸ ਲੱਗਾ ਆ ਜੀ। ਅਸਲੀ ਰੇਟ ਸਾਡਾ 65 ਪੈਸੇ ਪਰ ਕਿਲੋਮੀਟਰ, ਪਰ ਫੇਰਾ 60 ਕਿਲੋਮੀਟਰ ਦਾ। ਨਹੀਂ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸਾਡੇ ਕਾਰਡ ਨਹੀਂ ਲੈ ਰਹੇ ਕਿਸਾਨਾਂ ਦੇ, ਉਹ ਇਹਨਾਂ ਨੇ ਚਲਾਤੇ ਆ। ਅੱਛਾ, ਕਾਰਡ ਤੋਂ ਚਲਾਤੇ ਇਹਨਾਂ ਨੇ, ਕਾਰਡ ਚਲਾਤੇ ਆ ਵੀ ਜਿਹਦੇ ਝੰਡਾ ਲੱਗਾ ਹੋਊ ਮੋਰੇ, ਬਿੱਲਾ ਲੱਗਾ ਹੋਊ, ਸਟਿੱਕਰ ਲੱਗਾ ਹੋਊ, ਉਹ ਕਾਰਡ ਹੈ ਜਾਂ ਨਹੀਂ ਹੈ ਉਹ ਗੱਡੀ ਲੰਘੂਗੀ। ਫਿਰ ਦਿਲਬਾਗ ਜੀ, ਫਿਰ ਤਾਂ ਕੋਈ ਵੀ ਮਤਲਬ ਆਪਣਾ ਉਹ ਝੰਡਾ ਲਾ ਕੇ ਆਊਗਾ, ਫਿਰ ਉਹ ਕਿਵੇਂ ਪਹਿਚਾਣ? ਝੰਡਾ ਤੇ ਸਾਡੇ, ਮੈਂ ਤੁਹਾਨੂੰ ਦੱਸ ਦਿੰਦਾ ਜੀ, ਝੰਡਾ ਤੇ ਸਾਡੇ ਯੂਨੀਅਨ ਵਾਲੇ ਨੀ ਲਾ ਕੇ ਰਾਜੀ ਜੀ, ਦੂਜੇ ਬੰਦੇ ਨੇ ਕਿਸੇ ਨੇ ਕੀ ਲਾਉਣਾ? ਅੱਛਾ, ਠੀਕ ਹੈ ਨਾ, ਸਾਡੀ ਯੂਨੀਅਨ ਦੇ ਵਿੱਚ ਘੱਟੋ ਘੱਟ ਅੱਧੇ ਲੋਕ ਇਹੋ ਜਿਹੇ ਨੇ ਜਿਹੜੇ ਝੰਡੇ ਨੂੰ ਸ਼ਰਮ ਮਹਿਸੂਸ ਕਰਦੇ ਲਾ ਕੇ ਜੀ, ਠੀਕ ਹੈ ਨਾ, ਸਗੋਂ ਕਾਰਡਾਂ ਵਾਲੇ ਵੱਧ ਨੇ ਜੀ, ਝੰਡੇ ਵਾਲਿਆਂ ਨੇ ਤੇ ਘੱਟ ਜਾਣੇ ਆ ਜੀ। ਕਾਰਡਾਂ ਵਾਲੇ ਤੇ ਚੁੱਪ ਕਰਕੇ ਜੇਬ ਚ ਹੀ ਪੈਣਾ ਕਾਰਡ, ਆਏ ਤੇ ਕੱਢ ਕੇ ਦਿਖਾ ਦਿੱਤਾ, ਹੁਣ ਝੰਡਾ ਲਾਉਣਾ ਪੈਣਾ ਗੱਡੀ ਦੇ ਮੋਹਰੇ ਜੀ। ਫਿਰ ਉਹ ਹੁਣ ਝੰਡੇ ਵਾਲਿਆਂ ਨੂੰ ਜਾਣ ਦੇਣਗੇ ਹੈਨਾ? ਹਾਂ, ਝੰਡੇ ਵਾਲਿਆਂ ਨੂੰ ਜਾਣ ਦੇਣਗੇ। ਤੇ ਜਿਹੜੀ 18 ਤਰੀਕ ਦੀ ਮੀਟਿੰਗ ਸੀ ਤੁਹਾਡੀ ਵੀ, ਅਸੀਂ ਫਿਲਹਾਲ ਉਹ ਜਿਹੜੀਆਂ ਜਥੇਬੰਦੀਆਂ ਮੇਰੇ ਨਾਲ ਸੀ ਨਾ, ਉਹ ਆਪਾਂ ਛੱਡਤੀਆਂ ਸਾਰੀਆਂ। ਅੱਛਾ, ਹੁਣ ਮੈਂ ਕੱਲ ਜਾ ਕੇ ਹਾਈ ਕੋਰਟ ਰਿਟ ਦਾਇਰ ਕਰਨ ਲਈ ਗਿਆ ਸੀ, ਕਾਫੀ ਪੇਪਰ ਕੱਲ ਮੈਂ ਇਕੱਠੇ ਕਰਕੇ ਚੰਡੀਗੜ੍ਹ ਦੇ ਕੇ ਆਇਆ ਜੀ, ਤੇ ਉਧਰੋਂ ਹੁਣ ਜਦੋਂ ਉਹ ਅੱਜ ਮੇਰਾ ਅੱਜ ਨੀ ਪਰਸੋਂ ਨੂੰ, ਕੱਲ ਛੁੱਟੀ ਆ, ਪਰਸੋਂ ਨੂੰ ਰਿਟ ਸਾਡੀ ਪੈ ਜਾਣੀ ਇੱਕ ਨੰਬਰ। ਦੂਜਾ, ਅਸੀਂ ਆਪਣੀ ਮੀਟਿੰਗ ਰੱਖੀ ਆ, ਕੱਲ ਟਰੈਕਟਰ ਮਾਰਚ ਆ, ਟਰੈਕਟਰ ਮਾਰਚ ਤੋਂ ਬਾਅਦ ਮੀਟਿੰਗ ਆ ਸਾਡੀ। ਅੱਛਾ,
ਸੱਚੀ ਗੱਲ ਤੇ ਮੈਂ ਤੁਹਾਨੂੰ ਦੱਸ ਦਿੰਦਾ, ਮੈਨੂੰ ਜਥੇਬੰਦੀਆਂ ਨੇ ਵੀ ਬਹੁਤ ਟੋਰਚਰ ਕੀਤਾ ਪੰਜਾਬ ਲੈਵਲ ਤੇ, ਭੀ ਤੂੰ ਸਾਡੇ ਤੂੰ ਪੰਗਾ ਲੈ ਕੇ ਕਾਰਡ ਬੰਦ ਕਰਾਤੇ ਸਾਡਾ, ਐ ਕਰਾਤਾ ਉਹ ਕਰਾਤਾ। ਇੱਥੇ ਲੋਕ ਸਾਥ ਨੀ ਦਿੰਦੇ, ਲੋਕਾਂ ਨੇ ਆਪਣਾ ਸਾਥ ਪੂਰਾ ਨੀ ਦਿੱਤਾ ਜਿੰਨਾ ਦੇਣਾ ਚਾਹੀਦਾ ਸੀ। ਕੋਈ 10 ਮਿੰਟ ਰੋਕ ਕੇ ਆਪਣੇ ਗੱਡੀ ਰੋਕ ਕੇ ਕੋਈ 10 ਮਿੰਟ ਆਪਣੇ ਕੋਲ ਖੜਨ ਨੂੰ ਤਿਆਰ ਨੀ ਗਾ, ਠੀਕ ਹੈ ਨਾ। ਜਿੱਦਣ ਆਪਾਂ ਨੂੰ ਚੱਕਿਆ ਉਦਣ ਜੇ ਕਿਤੇ ਬਾਈ ਜੀ ਵੀ ਘੰਟਾ ਅੱਧਾ ਘੰਟਾ ਇਹ ਲੋਕ ਬੰਦ ਕਰ ਦਿੰਦੇ ਗੱਡੀਆਂ ਰੋਡ ਤੇ, ਕਿੰਨਾ ਕ ਫਰਕ ਪੈਣਾ ਸੀ। ਰੋਸ ਹੀ ਕਰਨਾ ਆਪਾਂ ਇੱਕ ਕਿਹੜਾ ਕਿਸੇ ਦੇ ਪਰਚੇ ਦਰਜ ਹੋਣ ਲੱਗੇ ਸੀਗੇ, ਪਰ ਇਹਨਾਂ ਲੋਕਾਂ ਨੇ ਹੇਠਾਂ ਉੱਤੋਂ ਦੀ ਪੈਸੇ ਦੇ ਉੱਤੇ ਪੈਸੇ ਦੇ ਕੇ ਤੇ ਇਹ ਲੰਘ ਗਏ। ਪਰ ਚਲੋ ਕੋਈ ਗੱਲ ਨੀ, ਅਸੀਂ ਤੇ ਛੁੱਟ ਕੇ ਆ ਗਏ, ਪਰ ਮੇਰੇ ਤੇ ਪਰਚਾ ਪੂਰਾ ਤਿਆਰ ਕੀਤਾ ਹੋਇਆ ਸੀ। ਅੱਛਾ, ਤਿਆਰ ਕੀਤਾ ਹੋਇਆ ਸੀ ਤੁਹਾਡੇ ਤੇ ਪਰਚਾ ਦੇਣਾ ਸੀ ਉਹਨਾਂ ਨੇ, ਚਲੋ ਉਹ ਤੇ ਉਹਨਾਂ ਨਹੀਂ ਦਿੱਤਾ, ਕੋਈ ਗੱਲ ਨੀ ਉਹਨਾਂ ਦੀ ਮਰਜ਼ੀ ਸਰਕਾਰ ਦੀ। ਮੈਨੂੰ ਆਪ ਦਿਖਾਇਆ ਵੀ ਆ ਕਲੰਦਰਾ ਤਿਆਰ ਆ ਤੇਰੇ ਤੇਰੇ ਤੇ ਪੂਰਾ ਫਿੱਟ, ਤੁਹਾਨੂੰ ਦਿਖਾਇਆ ਉੱਥੇ। ਹਾਂਜੀ, ਤੇ ਮਤਲਬ ਹੁਣ ਤੁਹਾਡੀ ਸਹਿਮਤੀ ਹੁਣ ਜਿਹੜਾ 18 ਨੂੰ ਕਹਿੰਦੇ ਸੀ ਵੀ ਆਪਾਂ ਉੱਥੇ 18 ਨੂੰ ਅਜੇ ਨੀ ਕਰਨਾ ਜੀ, ਦੁਬਾਰੇ ਕਾਲ ਦੇਣੀ ਆ। ਅੱਛਾ, ਸਾਡੀ ਮੀਟਿੰਗ ਹੋਊਗੀ ਸਾਡੀ ਆਪਣੀ ਜਥੇਬੰਦੀ ਦੀ, ਅਸੀਂ ਕਿਸੇ ਜਥੇਬੰਦੀ ਨੂੰ ਨਾਲ ਨੀ ਲੈਣਾ। ਝੰਡਾ ਲਾ ਕੇ ਜਾਂ ਫਿਰ ਕਾਰਡ ਦਿਖਾਉਣਗੇ, ਫਿਰ ਉੱਥੇ ਬਹਿਸ ਹੋਏਗੀ ਵੀ ਤੁਹਾਡੇ ਝੰਡਾ ਨੀ ਲੱਗਾ, ਤੁਹਾਡਾ ਕਾਰਡ ਹੈ ਨੀ, ਫਿਰ ਉਹੀ ਕੰਮ ਹੋਣਾ ਬਹਿਸ। ਜਿੰਨੇ ਇਹਨਾਂ ਨੂੰ ਨਾ ਮਿਲ ਗਈ ਹਾਈ ਕੋਰਟ ਦੀ ਸਹਿ, ਹਾਈ ਕੋਰਟ ਨੂੰ ਇਹਨਾਂ ਨੂੰ ਆਰਡਰ ਮਿਲਣ ਕਰਕੇ ਇਹ ਰੱਬ ਬਣ ਗਏ। ਅੱਛਾ, ਇਹ ਸੋਚਦੇ ਪਤਾ ਨੀ ਸਾਨੂੰ, ਅਸੀਂ ਹਾਈ ਕੋਰਟ ਨੂੰ ਮੰਨਦੇ ਨੀ, ਅਸੀਂ ਨਾ ਹਾਈ ਕੋਰਟ ਨੂੰ ਮੰਨੀਏ ਨਾ ਹਾਈ ਕੋਰਟ ਦੇ ਆਰਡਰਾਂ ਨੂੰ ਮੰਨੀਏ, ਠੀਕ ਹੈ, ਠੀਕ ਹੈ ਨਾ, ਸਾਨੂੰ ਕੋਈ ਮਤਲਬ ਨੀ ਹੈਗਾ। ਤੇ ਇਸ ਕਰਕੇ ਆਪਾਂ ਦੁਬਾਰੇ ਕਾਲ ਦਿਆਂਗੇ, ਕਿਉਂਕਿ 18 ਦੀ ਕਾਲ ਸਾਰੀਆਂ ਜਥੇਬੰਦੀਆਂ ਦੀ ਸੀ, ਹੁਣ ਮੈਂ ਆਪਣੀ ਕੱਲੀ ਜਥੇਬੰਦੀ ਦੀ ਕਾਲ ਦੇਊਂਗਾ। ਠੀਕ ਹੈ, ਮਤਲਬ ਹੁਣ 18 ਦੀ ਮੀਟਿੰਗ ਤੁਹਾਡੀ ਕੈਂਸਲ ਹੈ, ਕੋਈ ਧਰਨਾ ਨੀ ਲੱਗਣਾ ਹੈਗਾ, ਕੋਈ ਕੁਛ ਨੀ ਹੋਣਾ, ਤੇ ਕਿਸਾਨਾਂ ਦੇ ਜਿਹੜੇ ਕਾਰਡ ਨੇ ਉਹ ਸ਼ੁਰੂ ਕਰਤੇ ਨੇ ਵੀ ਸਹਿਮਤੀ ਤੁਹਾਡੀ ਬਣ ਗਈ ਹੈ। ਹਾਂਜੀ ਹਾਂਜੀ, ਉਹ ਸ਼ੁਰੂ ਕਰਤੇ ਨੇ।